ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੈ ਕੇ ਆਏ ਆਪਣਾ ਨਵਾਂ ਵਲੌਗ ਅੱਜ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਔਰਗਨ ਪਾਈਪਸ ਨੈਸ਼ਨਲ ਪਾਰਕ ਜੋ ਕਿ ਕਿਲੌਰ ਵਿੱਚ ਪੈਂਦਾ ਹੈ ਅਤੇ ਇਸ ਸਿਟੀ ਤੋਂ ਅਰਾਊਂਡ 40-45 ਮਿੰਟਸ ਦੀ ਡਰਾਈਵ 'ਤੇ ਹੈ ਸੋ ਇਹ ਜਿਹੜੀ ਲੋਕੇਸ਼ਨ ਹੈ ਇਹ ਫੇਮਸ ਹੈ ਵੋਲਕੈਨਿਕ ਅਰਪਸ਼ਨ ਕਰਕੇ ਜਿਹੜੇ ਇੱਥੇ ਰੌਕਸ ਬਣੇ ਸੀਗੇ ਸੋ ਕਾਫੀ ਹੀ ਫੇਮਸ ਲੋਕੇਸ਼ਨ ਹੈਗੀ ਇੱਥੇ ਦੀ ਅਤੇ ਇੱਥੇ ਸਾਹਮਣੇ ਐਂਟਰ ਕਰਦੇ ਹੀ ਇੱਕ ਬੋਰਡ ਆਏਗਾ ਸੋ ਇੱਥੇ 3 ਡਿਫਰੈਂਟ ਲੋਕੇਸ਼ਨਸ ਹੈਗੀਆਂ ਨੇ ਜੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਿਪੈਂਡਸ ਤੁਸੀਂ ਕਿੰਨੀ ਵਾਕ ਲੈਣਾ ਚਾਹੁੰਦੇ ਹੋ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ 1 ਆਵਰ ਵਾਲੀ ਰਿਟਰਨ ਅੱਜ ਕਵਰ ਕਰੀਏ ਸੋ ਤੁਸੀਂ ਜਦੋਂ ਇੱਥੇ ਕਾਰ ਪਾਰਕ 'ਤੇ ਪਹੁੰਚੋਗੇ ਕਾਫੀ ਐਂਪਲ ਇੱਥੇ ਕਾਰ ਪਾਰਕ ਹੈਗੀ ਹੈ ਐਂਟਰ ਕਰਦੇ ਹੀ ਇੱਥੇ ਟੋਇਲਟ ਫੈਸਿਲਿਟੀਜ਼ ਵੀ ਹੈਗੀਆਂ ਨੇ ਸੋ ਇੱਕ ਸਾਈਡ 'ਤੇ ਤੁਸੀਂ ਦੇਖੋਗੇ ਇੱਥੇ ਪਿਕਨਿਕ ਏਰੀਆ ਵੀ ਹੈ ਕਾਫੀ ਵੱਡਾ ਪਿਕਨਿਕ ਏਰੀਆ ਹੈ ਤੁਸੀਂ ਆ ਕੇ ਆਪਣਾ ਮੀਲ ਇੰਜੋਏ ਕਰ ਸਕਦੇ ਹੋ ਅਤੇ ਅਸੀਂ ਅਰਾਊਂਡ ਹੁਣ 2 ਵਜੇ ਇੱਥੇ ਪਹੁੰਚੇ ਹਾਂ ਅੱਜ ਲੰਚ ਅਸੀਂ ਕਰ ਲਿਆ ਅਸੀਂ ਆਉਂਦੀ ਅਟੈਕ ਕੀਤਾ ਪਹਿਲਾਂ ਲੰਚ ਕਰਨ 'ਚ ਅਤੇ ਹੁਣ ਅਸੀਂ ਵਿਹਲੇ ਹੋ ਚੁੱਕੇ ਹਾਂ ਖਾ ਪੀ ਕੇ ਹੁਣ ਅਸੀਂ ਆਪਣੇ ਹਾਈਕਿੰਗ ਸਟਾਰਟ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ ਤੁਸੀਂ ਇੱਥੇ ਕਿੱਦਾਂ ਦੇ ਵਿਊ ਨੂੰ ਇੰਜੋਏ ਕਰੋਗੇ ਸਾਡੇ ਨਾਲ ਅਤੇ ਚਲੋ ਚੱਲੀਏ ਆਪਾਂ ਸੋ ਆਪਣੀ ਹਾਈਕ ਨੂੰ ਅਸੀਂ ਹੁਣ ਕਰਨ ਲੱਗੇ ਹਾਂ ਸਟਾਰਟ ਅਤੇ ਘਰੋਂ ਨਿਕਲਣ ਤੋਂ ਪਹਿਲੇ ਅਸੀਂ ਥੋੜ੍ਹੀ ਇਨਫੋਰਮੇਸ਼ਨ ਇਹਦੇ ਬਾਰੇ ਪੜ੍ਹੀ ਸੀ ਅਤੇ ਉੱਥੇ ਲਿਖਿਆ ਸੀ ਕਿ ਜੋ ਵਾਕ ਹੈਗੀ ਹੈ ਕਾਫੀ ਸਟੀਪ ਹੈ ਅਤੇ ਮੇਕ ਸ਼ੋਰ ਤੁਸੀਂ ਜਦੋਂ ਆਓ ਆਪਣੀ ਵਾਕਿੰਗ ਸਟਿਕਸ ਲੈ ਕੇ ਆਓ ਅਸੀਂ ਅੱਜ ਗਲਤੀ ਕਰਤੀ ਅਸੀਂ ਪੜ੍ਹਿਆ ਵੀ ਸੀ ਪਰ ਫਿਰ ਵੀ ਅਸੀਂ ਲੈ ਕੇ ਨਹੀਂ ਆਏ ਕਿਉਂਕਿ ਜਦੋਂ ਉੱਪਰ ਆਉਣਾ ਹੁੰਦਾ ਤਾਂ ਓਬਵੀਅਸਲੀ ਬਹੁਤ ਪ੍ਰੈਸ਼ਰ ਲੱਗਦਾ ਹੈ ਅਤੇ ਨੀਸ 'ਤੇ ਅਤੇ ਐਨੀਵੇਜ਼ ਹੁਣ ਸਾਨੂੰ ਵਾਕ ਤਾਂ ਕਰਨੀ ਪੈਣੀ ਹੈ ਗੋਡੇ ਦੁਖਣਗੇ ਫਿਰ ਮਸਾਜ ਕਰਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਾਫੀ ਸਟੀਪ ਹੈ ਸਪੀਡ ਵੈਸੇ ਵਧੀ ਜਾ ਰਹੀ ਹੈ ਵਾਕ ਕਰਦੇ ਕਰਦੇ ਵੈਦਰ ਬਟ ਇਟਸ ਵੈਰੀ ਗੁੱਡ ਟੂਡੇ ਸੋ ਲੈਂਦੇ ਹਾਂ ਨਜ਼ਾਰੇ ਇਸ ਵੈਦਰ ਦੇ ਕਾਫੀ ਕਾਰਸ ਆਈਆਂ ਹੋਈਆਂ ਸੀ ਇੱਥੇ ਅੱਜ ਅਤੇ ਇਟਸ ਲਾਈਕ ਅ ਪੋਪੂਲਰ ਲੋਕੇਸ਼ਨ ਵਿਜ਼ਿਟ ਕਰਨ ਲਈ ਅਤੇ ਦੇਖੋ ਨਾਲ ਦੀ ਨਾਲ ਸੋ ਮੱਚ ਗ੍ਰੀਨਰੀ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ ਇੱਥੇ ਦਾ ਵਿਊ ਕਿੰਨਾ ਹੀ ਸੋਹਣਾ ਵਿਊ ਹੈ ਬਹੁਤ ਫੈਮਲੀਸ ਵੀ ਆਈਆਂ ਹੋਈਆਂ ਇੱਥੇ ਸੋ ਅਸੀਂ ਆਪਣੀ ਐਪਲੀਕੇਸ਼ਨ ਔਨ ਕਰ ਲਈ ਹੈ ਅਤੇ ਜਦੋਂ ਸਾਡੀ ਵਾਕ ਫਿਨਿਸ਼ ਹੋਏਗੀ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਕਿੰਨੇ ਕਿਲੋਮੀਟਰਸ ਅਤੇ ਕਿੰਨੇ ਆਵਰਸ ਦੀ ਵਾਕ ਕੀਤੀ ਹੈ ਅਤੇ ਚਲੋ ਨਾਲ ਦੀ ਨਾਲ ਦੇਖੋ ਇੱਥੇ ਦਾ ਵਿਊ ਉਹ ਬੈਂਚ ਵੀ ਆ ਗਿਆ ਪਹਿਲੇ ਵਿਸ਼ਰਾਮ ਕਰਨ ਲਈ ਅੱਜ ਆਪਾਂ ਪੂਰੀ ਚੰਗੀ ਤਰ੍ਹਾਂ ਵਿਟਾਮਿਨ ਡੀ ਲੈਣੀ ਹੈ ਸਨਸਕ੍ਰੀਨ ਲਗਾਈ ਹੋਈ ਹੈ ਸੋ ਥੋੜ੍ਹੀ ਜਿਹੀ ਵਾਕ ਕਰਨ ਤੋਂ ਬਾਅਦ ਇੱਕ ਇੱਥੇ ਬੋਰਡ ਆਇਆ ਸੋ ਔਰਗਨ ਪਾਈਪਸ ਵੱਲ ਸਾਡੀ ਹੁਣ ਵਾਕ ਹੈਗੀ ਹੈ ਅਰਾਊਂਡ 360 ਮੀਟਰਸ ਦੀ ਫਿਰ ਉੱਥੋਂ ਦੀ ਅਸੀਂ ਅੱਗੇ ਜਾਵਾਂਗੇ ਆਪਣੇ ਨੈਕਸਟ ਵਾਕ ਲਈ ਅਤੇ ਚਲੋ ਆਪਾਂ ਚੱਲੀਏ ਮੇਕ ਸ਼ੋਰ ਤੁਸੀਂ ਪਾਣੀ ਲੈ ਕੇ ਆਓ ਬਿਕੋਜ਼ ਸਟੀਪ ਹੈਗਾ ਏਰੀਆ ਅਤੇ ਪਿਆਸ ਲੱਗ ਜਾਏਗੀ ਵਾਕ ਵੀ ਕਾਫੀ ਹੈਗੀ ਇੱਥੇ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਵਾਕ ਕਰਨ ਅਤੇ ਨੀਚੇ ਤੁਸੀਂ ਦੇਖ ਸਕਦੇ ਹੋ ਗ੍ਰੇਵਲ ਟਰੈਕ ਹੈ ਸਾਰਾ ਪਹਿਲੇ ਰੋਡ ਸੀਗੀ ਅਤੇ ਹੁਣ ਸਾਰਾ ਗ੍ਰੇਵਲ ਟਰੈਕ ਆ ਰਿਹਾ ਸੋ ਇਹਨਾਂ ਨੇ ਰਸਤੇ ਵਿੱਚ ਸਾਰੀ ਇਨਫੋਰਮੇਸ਼ਨ ਨਾਲ ਦੀ ਨਾਲ ਦਿੱਤੀ ਹੋਈ ਹੈ ਕਿ ਇੱਥੇ ਕਿੱਦਾਂ ਦੇ ਸਪੀਸ਼ੀਜ਼ ਹੈਗੇ ਨੇ ਕਿੱਦਾਂ ਦੇ ਐਨੀਮਲਸ ਹੈਗੇ ਨੇ ਪਲਾਂਟਸ ਹੈਗੇ ਨੇ ਅਤੇ ਤੁਸੀਂ ਮੇਰੇ ਪਿੱਛੇ ਉੱਥੇ ਦੇਖ ਸਕਦੇ ਹੋ ਜਿੱਥੋਂ ਦੇ ਅਸੀਂ ਆਏ ਹਾਂ ਕਿੰਨਾ ਸਟੀਪ ਏਰੀਆ ਉੱਥੇ ਸੋ ਨੀਚੇ ਆਉਣਾ ਤਾਂ ਬਹੁਤ ਈਜ਼ੀ ਲੱਗ ਰਿਹਾ ਹੈ ਬਿਲਕੁਲ ਸਾਡੀ ਸਪੀਡ ਫਾਸਟ ਹੈਗੀ ਨੀਚੇ ਆਉਣ ਲਈ ਹੁਣ ਜਦੋਂ ਅਸੀਂ ਵਾਪਸ ਆਉਣਾ ਹੋਏਗਾ ਫਿਰ ਪਤਾ ਲੱਗੇਗਾ ਕਿੰਨਾ ਜ਼ੋਰ ਲੱਗਦਾ ਹੈ ਉੱਪਰ ਆਉਂਦੇ ਹੋਏ ਅਤੇ ਹੁਣ ਇਹ ਸਾਰਾ ਆਈ ਥਿੰਕ ਸਾਰਾ ਟਰੈਕ ਹੁਣ ਸਾਡਾ ਗ੍ਰੇਵਲ ਟਰੈਕ ਹੀ ਹੋਏਗਾ ਅਤੇ ਅੱਗੇ ਕੁਛ ਹੋਰ ਵੀ ਹੈਗਾ ਉੱਥੇ ਪਹੁੰਚ ਕੇ ਦੇਖਦੇ ਹਾਂ ਫਿਰ ਆਪਾਂ ਥੋੜ੍ਹੀ ਜਿਹੀ ਹੱਟ ਬਣੀ ਹੋਈ ਹੈ ਦੂਰ ਦੀ ਥੋੜ੍ਹੇ ਥੋੜ੍ਹੇ ਦਿਖ ਰਹੇ ਨੇ ਔਰਗਨ ਪਾਈਪਸ ਆਈ ਥਿੰਕ ਅਸੀਂ ਉਸ ਲੋਕੇਸ਼ਨ ਵੱਲ ਚੱਲੇ ਹਾਂ ਹੁਣ ਰਾਈਟ ਸਾਈਡ 'ਤੇ ਵਾਓ ਸਾਹਮਣੇ ਵੇਖੋ ਪੂਰੇ ਇੱਦਾਂ ਮਾਊਂਟੇਨਸ ਕਿੰਨੇ ਵੱਡੇ ਵੱਡੇ ਮਾਊਂਟੇਨਸ ਹੈਗੇ ਨੇ ਸੋ ਥੋੜ੍ਹੀ ਹੋਰ ਵਾਕ ਕਰਨ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਬੋਰਡ ਲੱਗਿਆ ਹੋਇਆ ਅਤੇ ਇੱਥੋਂ ਦੀ ਹੁਣ ਸਾਡੀ ਔਰਗਨ ਪਾਈਪਸ ਦੀ ਵਾਕ ਹੈਗੀ ਆ 80 ਮੀਟਰਸ ਦੀ ਅਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਔਰਗਨ ਪਾਈਪਸ ਹੈਗੇ ਨੇ ਅਤੇ ਰਾਈਟ ਸਾਈਡ 'ਤੇ ਉਸ ਤੋਂ ਪਹਿਲੇ ਪਿਕਨਿਕ ਏਰੀਆ ਵੀ ਆਉਂਦਾ ਸੋ ਬੈਂਚ ਲੱਗੇ ਹੋਏ ਨੇ ਸਾਹਮਣੇ ਉੱਥੇ ਟੋਇਲਟ ਫੈਸਿਲਿਟੀਜ਼ ਵੀ ਹੈਗੀਆਂ ਨੇ
ਤੇ ਆਪਾਂ ਹੁਣ ਦੇਖਦੇ ਹਾਂ ਆਰਗਨ ਪਾਈਪਸ ਵੱਲ ਚੱਲਦੇ ਹਾਂ। ਸੋ ਆਰਗਨ ਪਾਈਪਸ ਤੇ ਸਾਹਮਣੇ ਪਹਿਲੇ ਤੁਹਾਨੂੰ ਇੱਕ ਇਨਫੋਰਮੇਸ਼ਨ ਬੋਰਡ ਇੱਥੇ ਇਹਨਾਂ ਨੇ ਲਗਾਇਆ ਹੋਇਆ ਜਿੱਥੇ ਕਿ ਸਾਰੀ ਇਨਫੋਰਮੇਸ਼ਨ ਦੱਸੀ ਹੋਈ ਹੈ ਕਿ ਆਰਗਨ ਪਾਈਪਸ ਕਿੱਦਾਂ ਬਣੇ ਸੀਗੇ। ਸੋ ਇਸ ਏਰੀਆ ਵਿੱਚ ਕਾਫੀ ਸਾਲ ਮਿਲੀਅਨ ਈਅਰਸ ਪਹਿਲੇ ਵੋਲਕੈਨੋ ਅਰਪਟ ਹੋਇਆ ਸੀ ਤੇ ਜਿਹੜਾ ਲਾਵਾ ਆਇਆ ਸੀ ਉਹ ਹੌਲੀ ਹੌਲੀ ਇਸ ਏਰੀਆ 'ਚ ਫਲੋ ਹੁੰਦਾ ਗਿਆ। ਜਦੋਂ ਲਾਵਾ ਫਲੋ ਹੋਇਆ ਇਸ ਏਰੀਆ ਵਿੱਚ ਤੇ ਹੌਲੀ ਹੌਲੀ ਕੂਲ ਡਾਊਨ ਹੋਇਆ ਤੇ ਜਿਹੜੇ ਰੌਕ ਸੀਗੇ ਫਿਰ ਉਹ ਹੌਲੀ ਹੌਲੀ ਕ੍ਰੈਕ ਹੋਣੇ ਸ਼ੁਰੂ ਹੋ ਗਏ ਤੇ ਕ੍ਰੈਕ ਹੁੰਦੇ ਹੁੰਦੇ ਬਾਏ ਨੇਚਰ ਤੁਸੀਂ ਕਹਿ ਸਕਦੇ ਹੋ ਕਿ ਇਹ ਵਰਟੀਕਲ ਲਾਈਨਸ ਵਿੱਚ ਕ੍ਰੈਕ ਹੋਏ ਤੇ ਇਸੇ ਕਰਕੇ ਉੱਥੋਂ ਦੇ ਇਹਨਾਂ ਨਾਮ ਪਿਆ ਹੈ ਆਰਗਨ ਪਾਈਪਸ। ਸੋ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਰਟੀਕਲ ਲਾਈਨਸ ਨੇ ਐਂਡ ਕਾਫੀ ਲੌਂਗ ਨੇ। ਸੋ ਕਾਫੀ ਏਰੀਆ ਨੂੰ ਇਹ ਕਵਰ ਕਰਦਾ ਹੈ ਇੱਥੇ ਤੇ ਇਟਸ ਗੁੱਡ ਲੋਕੇਸ਼ਨ, ਮਸਟ ਵਿਜ਼ਿਟ। ਛੋਟੀ ਜਿਹੀ ਵਾਕ ਸੀਗੀ ਜੇ ਤੁਸੀਂ ਡਾਇਰੈਕਟਲੀ ਇਹਨੂੰ ਵਿਊ ਕਰਨਾ ਚਾਹੁੰਦੇ ਹੋ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਅਗਲੀ ਲੋਕੇਸ਼ਨ ਵੱਲ ਵੀ ਤੇ ਅਸੀਂ ਪਹਿਲੇ ਥੋੜ੍ਹੇ ਇੱਥੇ ਹੁਣ ਫੋਟੋ ਸ਼ੂਟ ਕਰ ਲਈਏ ਤੇ ਫਿਰ ਚੱਲਾਂਗੇ ਨੈਕਸਟ ਵਾਕ। ਸੋ ਇੱਥੋਂ ਲੈਫਟ ਸਾਈਡ 'ਤੇ ਇੱਕ ਛੋਟਾ ਜਿਹਾ ਹੋਰ ਇਹਨਾਂ ਨੇ ਫੋਟੋ ਦਾ ਸਾਈਨ ਲਗਾਇਆ ਹੋਇਆ, ਦੈਟ ਮੀਨਸ ਤੁਸੀਂ ਅੱਗੇ ਜਾ ਕੇ ਫੋਟੋਗ੍ਰਾਫੀ ਵੀ ਕਰ ਸਕਦੇ ਹੋ ਤੇ ਆਪਾਂ ਦੇਖਦੇ ਹਾਂ ਮੇ ਬੀ ਹੋਰ ਅਸੀਂ ਕਲੋਜ਼ ਆਈਏ ਆਰਗਨ ਪਾਈਪ ਦੀ ਲੋਕੇਸ਼ਨ ਵੱਲ ਤੇ ਵਾਓ ਇੱਥੋਂ ਦਾ ਵਿਊ ਜ਼ਿਆਦਾ ਬੈਟਰ ਹੈ ਦੇਖੋ। ਸੋ ਨੀਚੇ ਛੋਟੀ ਜਿਹੀ ਲੇਕ ਜਾ ਰਹੀ ਹੈ। ਸੋ ਆਰਗਨ ਪਾਈਪਸ ਅਸੀਂ ਹੁਣ ਤੁਹਾਨੂੰ ਦਿਖਾ ਚੁੱਕੇ ਹਾਂ ਅਤੇ ਹੁਣ ਅਸੀਂ ਚੱਲੇ ਨੈਕਸਟ ਲੋਕੇਸ਼ਨ 'ਤੇ ਜੋ ਹੈ ਰੋਜ਼ਟ ਰੌਕ ਔਰ ਇੱਥੋਂ ਦੀ ਹੈਗੀ ਹੈ ਅਰਾਊਂਡ 400 ਮੀਟਰਸ ਦੀ ਵਾਕ ਅਤੇ ਲੈਟਸ ਗੋ। ਇੱਥੇ ਤੁਸੀਂ ਨੇਚਰ ਦੀ ਆਵਾਜ਼ ਨੂੰ ਪੂਰਾ ਇੰਜੋਏ ਕਰੋਗੇ, ਚਿੜੀਆਂ ਦੀ ਆਵਾਜ਼ ਬਹੁਤ ਹੀ ਪਿਆਰੀ ਲੱਗ ਰਹੀ ਹੈ, ਇੱਥੇ ਕਾਫੀ ਟਾਈਨੀ ਟਾਈਨੀ ਇੱਥੇ ਚਿੜੀਆਂ ਹੈਗੀਆਂ ਨੇ ਜਿਵੇਂ ਇੰਡੀਆ ਵਿੱਚ ਹੁੰਦੀਆਂ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਕਿਸੇ ਦੀ ਵੀਡੀਓ ਜਾਂ ਫੋਟੋ ਆ ਜਾਏ ਕਿਸੇ ਬਰਡਸ ਦੀ, ਉਹ ਸਾਹਮਣੇ ਨੀਚੇ ਗਈ ਹੈ। ਸੋ ਆਰਗਨ ਪਾਈਪਸ ਤੋਂ ਰੋਜ਼ੇਟਾ ਰੌਕ ਦੀ ਵਾਕ ਅਰਾਊਂਡ 350 ਮੀਟਰ ਦੀ ਸੀਗੀ ਅਤੇ ਅਨਫੋਰਚੁਨੇਟਲੀ ਜਿਹੜਾ ਇੱਥੇ ਦਾ ਲੁੱਕਆਊਟ ਪੁਆਇੰਟ ਹੈ ਉਹਨਾਂ ਨੇ ਬੰਦ ਕੀਤਾ ਹੋਇਆ, ਮੇ ਬੀ ਇੱਥੋਂ ਦੀ ਰਸਤਾ ਉਹਨਾਂ ਦਾ ਕ੍ਰੈਕ ਹੋ ਕੇ ਆਵੇ ਕੁਛ ਹੋਏਗਾ। ਬਟ ਤੁਸੀਂ ਇੱਥੇ ਦੀ ਦੇਖ ਸਕਦੇ ਹੋ ਸਾਹਮਣੇ, ਜਦੋਂ ਇੱਥੇ ਇੱਕ ਕੇਵ ਸੀ ਇੱਥੇ ਪਹਿਲੇ ਅਤੇ ਜਦੋਂ ਵੋਲਕੈਨੋ ਅਰਪਟ ਹੋਇਆ ਸੀ ਅਤੇ ਉਹਨੇ ਫਿਰ ਹੌਲੀ ਹੌਲੀ ਰੌਕ ਦੀ ਫੋਰਮ ਇੱਥੇ ਕਰ ਲਈ ਸੀ ਅਤੇ ਹੁਣ ਇਹ ਓਵਰਲੀ ਲੋਕੇਸ਼ਨ ਹੈਗੀ ਆਪਣੀ। ਐਨੀਵੇਜ਼ ਅਸੀਂ ਹੁਣ ਅੰਦਰ ਜਾ ਕੇ ਨਹੀਂ ਦੇਖ ਸਕਦੇ ਕਲੀਅਰਲੀ ਇਸ ਨੂੰ ਅਤੇ, ਬਟ ਜਿਹੜਾ ਰਸਤਾ ਹੁਣ ਅਸੀਂ ਕਵਰ ਕੀਤਾ ਸੀ ਆਰਗਨ ਪਾਈਪਸ ਤੋਂ ਲੈ ਕੇ ਇੱਥੇ ਤੱਕ ਦਾ, ਇਹ ਆਲਮੋਸਟ ਪਲੇਨ ਏਰੀਆ ਸੀਗਾ, ਸਟੀਪ ਨਹੀਂ ਸੀਗਾ ਇੱਥੇ ਦਾ ਏਰੀਆ। ਅਤੇ ਚਲੋ ਹੁਣ ਅਸੀਂ ਚੱਲਦੇ ਆਪਣੀ ਥਰਡ ਲੋਕੇਸ਼ਨ ਵੱਲ ਅਤੇ ਉੱਥੇ ਦੇਖਦੇ ਹਾਂ ਉੱਥੇ ਦਾ ਵਿਊ ਕਿਵੇਂ ਦਾ ਹੈ। ਸੋ ਸਾਡੀ ਅਗਲੀ ਲੋਕੇਸ਼ਨ ਹੈਗੀ ਹੈ ਟੈਜ਼ਲਿਟ ਪੇਮੈਂਟ। ਸੋ ਉਹਦਾ ਰਸਤਾ ਤੁਸੀਂ ਹੁਣ ਦੇਖ ਸਕਦੇ ਹੋ, ਕਾਫੀ ਇੰਟਰਸਟਿੰਗ ਹੋਣ ਵਾਲਾ ਹੈ। ਰੌਕਸ ਹੈਗੇ ਨੇ ਇੱਥੇ ਅਤੇ ਹੁਣ ਇੱਥੋਂ ਦੀ ਵਾਕ ਸਾਡੀ ਹੋਏਗੀ ਹੈ ਅਰਾਊਂਡ ਆਈ ਥਿੰਕ 30 ਮਿੰਟਸ ਮੇ ਬੀ, ਅਤੇ ਹੁਣ ਚੈੱਕ ਕਰਦੇ ਹਾਂ ਅਸੀਂ ਦੇਖਦੇ ਹਾਂ। ਇਹ ਜ਼ਿਆਦਾ ਵਧੀਆ ਲੱਗ ਰਿਹਾ ਹਾਈਕ ਕਰਨ ਲਈ ਸਾਨੂੰ, ਬਿਕੋਜ਼ ਇਟਸ ਲਿਟਲ ਬਿਟ ਡਿਫੀਕਲਟ। ਸੋ ਇੱਥੇ ਸਾਰਾ ਰੌਕ ਵਾਲਾ ਹੀ ਪਾਥ ਬਣਿਆ ਹੋਇਆ ਅਤੇ ਤੁਸੀਂ ਨਾਲ ਦੇਖ ਸਕਦੇ ਹੋ ਕ੍ਰੀਕ ਵੀ ਹੈ। ਮੇਕ ਸ਼ੋਰ ਤੁਸੀਂ ਆਰਾਮ ਨਾਲ ਜਾਓ ਸਟੈਪਸ ਲੈਂਦੇ ਹੋਏ, ਪੈਰ ਵਿੱਚ ਮੋਚ ਨਾ ਆ ਜਾਏ ਕਿਸੇ ਦੇ। ਅਤੇ ਉਪਸ ਨਾਈਸ, ਅਤੇ ਹੁਣ ਅਸੀਂ ਇੱਥੇ ਹੁਣ ਵਾਕ ਕਰਦੇ ਕਰਦੇ ਪਹੁੰਚਾਂਗੇ ਆਪਣੇ ਫਾਈਨਲ ਲੋਕੇਸ਼ਨ 'ਤੇ ਫਿਰ, ਅਤੇ ਕਾਫੀ ਇੰਟਰਸਟਿੰਗ ਹੈ। ਡੰਡਾ ਹੋਣਾ ਚਾਹੀਦਾ ਸੀਗਾ, ਵਾਕਿੰਗ ਸਟਿੱਕ। ਵਾਓ ਇੱਥੇ ਦੇਖੋ ਕ੍ਰੀਕ, ਪਾਣੀ ਚੈੱਕ ਕਰੀਏ ਠੰਡਾ ਗਰਮ। ਵਾਓ ਠੰਡਾ ਪਾਣੀ। ਸੋ ਆਹ ਦੇਖੋ ਕਿੰਨੇ ਵੱਡੇ ਵੱਡੇ ਰੌਕਸ ਬਣੇ ਹੋਏ ਨੇ ਇੱਥੇ। ਇੱਥੇ ਫੋਟੋਸ ਬਹੁਤ ਵਧੀਆ ਆਉਣਗੀਆਂ, ਅਸੀਂ ਹੁਣੇ ਫੋਟੋਸ ਖਿੱਚਦੇ ਹਾਂ।
सो अराउंड 700 मीटर की वॉक करके असं अपनी लास्ट लोकेशन पर पहुँच गए हाँ। तो तुम इतने इंजॉय कर सकते हो इतने के नेचर न, इतने पानी का फ्लो बहुत ही वधिया हैगा, आराम न बैठ के उसकी आवाज़ दे तुसी नज़ारे लो। तो असं भी हम थोड़ी देर बैठन लगे हैं इतने, थोड़ा बहुत मंचिंग करांगे तो फिर वापस अस जावांगे अपने कार पार्क वाल। सो असं वॉक करके हूँ कार पार्क वाल पहुँच चुके हैं। तो सानू अबाउट 1.5 घंटा लग गया वा, तो डिस्टेंस अराउंड 3 किलोमीटर सीगा इतने का। असी विच दी रुकते हुए फोटोज खिंचते हुए तो थोड़ा जहा रिलैक्स करते हुए आए हैं, इसलिए सानू 1.5 घंटा लग्या। नॉर्मली 1 घंटे की इतने हैगी है तुहाडी पूरी वॉक। तो मेक श्योर कि तुसी पानी इतने इनफ लैके आओ, क्योंकि हुण वापसी वेले जदों अबाउट 500 मीटर का रस्ता सीगा, काफ़ी स्टीप सीगा। तो असी अज 2 बॉटल्स लैके आए सी पानी दियाँ, फिर भी सानू घट लगियाँ क्योंकि वैदर भी गर्मी वाला हैगा तो पानी ज़्यादा चाहिए उस टाइम। एनीवेज़ हुण असीं अपना व्लॉग इत्थे फिनिश करते हैं। असीं इस वॉक नूं बहुत इंजॉय किया, मेक श्योर तुसीं भी आओ इस जगह नूं विजिट करो। तो तुसीं साडे इस व्लॉग नूं जरूर लाइक करो, कमेंट करो एंड शेयर करो। तो असीं जल्दी लैके आवांगे अपनी नवी वीडियो तुहाडे लई। तद तक लई सति श्री अकाल।